बुढ़ापे में परेशानी झेलने को मजबूर कई बुजुर्गों को लुधियाना पुलिस उनके घर में ही सहारा देगी, जिसके लिए लुधियाना पुलिस ने एल्डर्स कनेक्ट मुहिम की शुरुआत की है। इस अवसर पर पुलिस कमिश्नर लुधियाना डॉक्टर सुखचैन सिंह गिल द्वारा मुहिम पर पोस्टर भी रिलीज किया गया। वहीं पुलिस कमिश्नर डॉक्टर सुखचैन सिंह गिल ने बताया कि इस मुहिम के तहत लुधियाना के पुलिस थानों और उसमें तैनात पुलिस कर्मचारियों व अधिकारियों को अपने इलाके में रहते बुजुर्गों को मिलने के निर्देश किए हैं, जो किसी न किसी कारण अकेले रहने को मजबूर हैं, ताकि उनकी समस्याओं को जाना जा सके और पुलिस उनका एक पारिवारिक सदस्य बनकर उनकी समस्याओं का समाधान कर सके। ऐसे में संबंधित पुलिस अधिकारी का नंबर भी उस बुजुर्ग के पास होगा, ताकि जरूरत पड़ने पर वे उनसे संपर्क कर सकेंगे। कमिश्नरेट वालों उपराला किया है, एल्डर्स कनेक्ट करके एक प्रोग्राम शुरू किया वा, जिदे विच जिहड़ा अज दा दिन अवेयरनेस क्रिएट करन वास्ते असीं साडे जिन्ने भी गजटड ऑफिसर्स आ, 22 गजटड ऑफिसर ने, ਉਹ ਹਰ ਗਜ਼ਟਡ ਆਫਿਸਰ 2 ਸੀਨੀਅਰ ਸਿਟੀਜ਼ਨਸ ਦੀਆਂ ਫੈਮਲੀਜ਼ ਨੂੰ ਵਿਜ਼ਿਟ ਕਰੂਗਾ। ਇਸ ਤੋਂ ਇਲਾਵਾ ਹਰ ਥਾਣੇ ਦੇ ਵਿੱਚ 15 ਸੀਨੀਅਰ ਸਿਟੀਜ਼ਨਸ ਦੀਆਂ ਫੈਮਲੀਜ਼ ਨੂੰ ਆਇਡੈਂਟੀਫਾਈ ਕੀਤਾ ਗਿਆ, ਉਹ ਵਿਜ਼ਿਟ ਕਰਨਗੇ। ਸੋ ਅੱਜ ਕਰੀਬ ਅਸੀਂ 500 ਦੇ ਆਸ ਪਾਸ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਦੇ ਸਾਡੇ ਪੁਲਿਸ ਅਫੀਸ਼ਲਸ ਵਿਜ਼ਿਟ ਕਰਨਗੇ। ਔਰ CPRC ਸਾਡਾ ਜਿਹੜਾ ਆਲਰੇਡੀ ਬਣਿਆ ਹੋਇਆ ਵਾ ਪੁਲਿਸ ਦੇ ਵਿੱਚ, ਕਮਿਊਨਿਟੀ ਪੁਲਿਸ ਰਿਸੋਰਸ ਸੈਂਟਰ ਜਿਹੜਾ ਹੈ, ਉਹਦੇ ਜਿਹੜੇ ਇੰਚਾਰਜ CPRC ਆ ਇੰਸਪੈਕਟਰ ਸਾਹਿਬ, ਉਹ ਕੰਮ ਕਰਨਗੇ ਐਜ਼ ਏ ਕੋਆਰਡੀਨੇਟਰ, ਕਿ ਅੱਗੇ ਤੋਂ ਵੀ ਜਦੋਂ ਵੀ ਕੋਈ ਸੀਨੀਅਰ ਸਿਟੀਜ਼ਨ ਦੀ ਕੋਈ ਪ੍ਰੋਬਲਮ ਹੋਵੇ ਜਿਹੜੀ ਸਾਡੇ ਨੋਟਿਸ 'ਚ ਆਵੇ, ਉਹਨੂੰ ਪ੍ਰਾਇਰਟੀ 'ਤੇ ਹੱਲ ਕੀਤਾ ਜਾਵੇ। ਦੋ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ, ਇੱਕ ਤਾਂ ਜਿਹੜੀਆਂ ਪੁਲਿਸ ਰਿਲੇਟਡ ਪ੍ਰੋਬਲਮਸ ਆ ਜਿਹਦੇ ਵਿੱਚ ਸੀਨੀਅਰ ਸਿਟੀਜ਼ਨ ਆਪ ਸਾਡੇ ਕੋਲ ਆਉਂਦੇ ਆ, ਉਹਨਾਂ ਦੀਆਂ ਕੰਸਰਨ ਪੁਲਿਸ ਸਟੇਸ਼ਨ ਨੂੰ ਹੀ ਭੇਜੀਆਂ ਜਾਂਦੀਆਂ ਵਾ, ਪਰ ਜਿਹੜਾ ਸਾਡਾ ਇੰਚਾਰਜ CPRC ਆ ਉਹ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕਰੂਗਾ ਕਿ ਪ੍ਰਾਇਰਟੀ ਦੇ ਉੱਤੇ ਉਹਨਾਂ ਦੀਆਂ ਪ੍ਰੋਬਲਮਸ ਸੋਲਵ ਹੋਣ। ਜਿਸ ਤਰ੍ਹਾਂ ਬੱਚਿਆਂ ਦੇ ਨਾਲ ਰਿਲੇਟਡ ਹੁੰਦੀਆਂ, ਕਈਆਂ ਦੇ ਬੱਚੇ ਉਹਨਾਂ ਨੂੰ ਤੰਗ ਕਰਦੇ ਹੁੰਦੇ ਆ, ਕਈਆਂ ਦੀਆਂ ਕੋਈ ਨੇਬਰਸ ਦੇ ਨਾਲ ਪ੍ਰੋਬਲਮ ਹੁੰਦੀਆਂ ਵਾ, ਅਲੱਗ ਅਲੱਗ ਬਹੁਤ ਮਲਟੀਪਲ ਪ੍ਰੋਬਲਮਸ ਆ। ਇਸ ਤੋਂ ਇਲਾਵਾ ਜਿਹੜਾ ਇਹਦਾ ਜਿਹੜਾ ਮੇਨ ਏਮ ਸਿਰਫ ਅਤੇ ਸਿਰਫ ਪੁਲਿਸ ਰਿਲੇਟਡ ਪ੍ਰੋਬਲਮ ਨਹੀਂ ਆ, ਇਹ ਜਿਹੜਾ ਪ੍ਰੋਐਕਟਿਵਲੀ ਅਸੀਂ ਇਹਨਾਂ ਦੇ ਘਰ ਜਾ ਕੇ ਜਾਂ ਸੀਨੀਅਰ ਸਿਟੀਜ਼ਨਸ ਨੂੰ ਮਿਲਣ ਦਾ, ਅਸੀਂ ਇਹਨਾਂ ਨੂੰ ਓਵਰ ਏ ਪੀਰੀਅਡ ਆਫ ਟਾਈਮ ਜਦੋਂ ਸਾਰੀ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ ਹੁਣ, ਫਿਰ ਇਹਨਾਂ ਨੂੰ 3 ਕੈਟੇਗਰੀਜ਼ ਦੇ ਵਿੱਚ ਅਸੀਂ ਕਰਾਂਗੇ। ਇੱਕ ਕੈਟੇਗਰੀ ਏ ਆ ਜਿਹੜੇ ਸੀਨੀਅਰ ਸਿਟੀਜ਼ਨ ਬਿਲਕੁਲ ਇਕੱਲੇ ਰਹਿ ਰਹੇ ਆ, ਇੱਕ ਕੈਟੇਗਰੀ ਬੀ ਆ ਜਿਹਦੇ ਵਿੱਚ ਹਸਬੈਂਡ ਵਾਈਫ ਰਹਿ ਰਹੇ ਆ, ਬੱਚੇ ਕੋਈ ਬਾਹਰ ਰਹਿ ਰਿਹਾ ਹੈ ਜਾਂ ਕੋਈ ਅਨਫੋਰਚੁਨੇਟਲੀ ਜਾਂ ਕਿਸੇ ਦੇ ਬੱਚੇ ਨਹੀਂ ਹੈਗੇ। ਤੀਸਰਾ ਜਿਹੜਾ ਹੈਗਾ ਵਾ ਜਿਹੜੇ ਵਿਦ ਫੈਮਲੀਜ਼ ਰਹਿ ਰਹੇ ਆ, ਸੋ ਉਹਦਾ ਵੀ ਅਸੀਂ ਇੱਕ ਪ੍ਰੋਗਰਾਮ ਇਸ ਤਰੀਕੇ ਦਾ ਬਣਾਵਾਂਗੇ ਕਿ ਜਿਹੜੇ ਕੈਟੇਗਰੀ ਏ ਵਾਲੇ ਉੱਥੇ ਕਮ ਸੇ ਕਮ 15 ਦਿਨ 'ਚ ਕੋਈ ਨਾ ਕੋਈ ਵਿਜ਼ਿਟ ਕਰੇ, ਕੈਟੇਗਰੀ ਬੀ ਵਾਲਿਆਂ ਨੂੰ 1 ਮਹੀਨੇ 'ਚ ਵਿਜ਼ਿਟ ਕਰੇ, ਔਰ ਕੈਟੇਗਰੀ ਸੀ ਵਾਲਿਆਂ ਨੂੰ 2 ਮਹੀਨੇ 'ਚ ਇੱਕ ਕੋਈ ਪੁਲਿਸ ਅਫੀਸ਼ੀਅਲ ਵਿਜ਼ਿਟ ਕਰੇ। ਪੁਲਿਸ ਤੋਂ ਇਲਾਵਾ ਵੀ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਸਰਨ ਡਿਪਾਰਟਮੈਂਟਸ ਦੇ ਨਾਲ ਟੇਕਅਪ ਕਰਕੇ ਉਹਨਾਂ ਨੂੰ ਵੀ ਸੋਲਵ ਕਰਾਇਆ ਜਾਵੇ। ਸੋ ਇੱਕ ਲੁਧਿਆਣਾ ਪੁਲਿਸ ਵੱਲੋਂ ਇੱਕ ਐਲਡਰਸ ਕਨੈਕਟ ਦੇ ਵਿੱਚ ਬਜ਼ੁਰਗਾਂ ਦਾ ਜਿਹੜਾ ਵਾ ਉਹਦੇ ਸਤਿਕਾਰ ਦੇ ਤਹਿਤ ਅਸੀਂ ਇਹ ਮੁਹਿੰਮ ਜਿਹੜੀ ਹੈ ਚਲਾਈ ਹੈ। ਜਾਗਰਤੀ ਲਹਿਰ ਕੇ ਲਈ ਲੁਧਿਆਣਾ ਸੇ ਸੁਰਿੰਦਰ ਅਰੋੜਾ, ਸੋਨੀ ਕੀ ਰਿਪੋਰਟ।